ਬਠਿੰਡਾ ਦੇ ਪਿੰਡ ਕੋਟਸ਼ਮੀਰ ਵਿਖੇ ਇੱਕ ਵਿਅਕਤੀ ਨੂੰ ਉਸਦੇ ਖੇਤੋਂ ਚੁੱਕ ਕੇ ਪੁਲਿਸ ਚੌਂਕੀ ਵਿੱਚ ਲਿਆ ਕੇ ਕੀਤੀ ਕੁੱਟਮਾਰ ਨਾਲੇ ਸਾਥੀਆਂ ਵੱਲੋਂ ਲਗਾਏ ਦੋਸ਼। ਮਾਮਲਾ ਜ਼ਮੀਨੀ ਵਿਵਾਦ ਦਾ ਨਾਲ ਆਏ ਇੱਕ ਕੌਂਸਲਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਦਾ ਕੁਝ ਜ਼ਮੀਨੀ ਵਿਵਾਦ ਸੀ ਅਤੇ ਉਸ ਤੋਂ ਬਾਅਦ ਪੁਲਿਸ ਆਈ ਤੇ ਪੁਲਿਸ ਇਸ ਬੰਦੇ ਨੂੰ ਆਪਣੇ ਨਾਲ ਚੌਂਕੀ ਲੈ ਗਈ ਤੇ ਉੱਥੇ ਪੁਲਿਸ ਨੇ ਇਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ, ਜਿਸ ਨੂੰ ਇਲਾਜ ਦੇ ਲਈ ਬੀਤੀ ਰਾਤ ਇਹਨਾਂ ਵੱਲੋਂ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਸਿਵਲ ਹਸਪਤਾਲ। ਇਸ ਨੂੰ ਲੈ ਕੇ ਬੀਤੀ ਰਾਤ ਇਕੱਠੇ ਹੋਏ ਲੋਕਾਂ ਨੇ ਬਠਿੰਡਾ ਦੇ ਪਿੰਡ ਕੋਟਸ਼ਮੀਰ ਦੀ ਪੁਲਿਸ ਚੌਂਕੀ ਦੇ ਬਾਹਰ ਖੂਬ ਹੰਗਾਮਾ ਕੀਤਾ। ਕੋਟਸ਼ਮੀਰ ਪਿੰਡ ਹੈ ਜੀ, ਮੈਂ ਕੋਟਸ਼ਮੀਰ ਤੋਂ ਐਮਸੀ ਹੈ। ਇਹ ਬਜ਼ੁਰਗ ਚਾਨਣ ਸਿੰਘ ਹੈ ਜੀ। ਇਹ ਬਜ਼ੁਰਗ ਸੁਬਹ ਨਰਮਾ ਬੀਜੀ ਜਾਂਦੇ ਸੀ। ਇਹਨਾਂ ਦਾ ਜੱਦੀ ਜ਼ਮੀਨ ਜਾਇਦਾਦ ਹੈ। ਇੱਕ ਬੰਦਾ ਇਹਨਾਂ ਕੋਲ ਆਇਆ, ਕਹਿੰਦਾ ਵੀ ਮੇਰਾ ਤੁਹਾਡੇ ਨਾਲ ਬਿਆਨਾ ਹੋਇਆ, ਤੁਸੀਂ ਇੱਥੇ ਨਰਮਾ ਨਾ ਬੀਜੋ। ਇਹ ਨਰਮਾ ਬੀਜਾਂ ਹਟ ਗਏ। ਇਹ ਕਹਿੰਦਾ ਵੀ ਪਤਾ ਨਹੀਂ ਕੀ ਗੱਲ ਹੈ ਯਾਰ, ਅਤੇ ਨਾਲ ਦੋ ਮੁਲਾਜ਼ਮ ਆਏ ਸੀਗੇ। ਉਸ ਟਾਈਮ ਮੁਲਾਜ਼ਮਾਂ ਨੇ ਕੁਛ ਨਹੀਂ ਕਿਹਾ। ਅਸੀਂ ਚੌਂਕੀ 'ਚ ਗਏ। ਚੌਂਕੀ 'ਚ ਸਾਨੂੰ ਇੰਚਾਰਜ ਕਹਿੰਦਾ ਯਾਰ ਵੀ ਤੁਸੀਂ ਫੇਰ ਆਇਓ, ਕੋਈ ਗੱਲ ਨਹੀਂ ਯਾਰ, ਅਤੇ ਇਹ ਗੱਲ ਕਹਿ ਕੇ ਮੋੜਤੀ। ਕੋਈ ਉਹਦੇ ਨਾਲ ਸਾਡੇ ਨਾਲ ਗੱਲ ਨਹੀਂ ਕੀਤੀ। ਉਸ ਤੋਂ ਬਾਅਦ ਸ਼ਾਮ ਨੂੰ ਨਰਮਾ ਬੀਜਤਾ ਜੀ। ਫੇਰ ਚੌਂਕੀ ਮੁਲਾਜ਼ਮ ਆ ਕੇ ਲੈ ਗਏ। ਅਸੀਂ ਆਖਿਆ ਵੀ ਗੱਲ ਦੱਸੋ ਪਹਿਲਾਂ, ਕਹਿੰਦੇ ਵੀ ਟਰੈਕਟਰ ਲੈ ਕੇ ਜਾਣਾ ਸੀ, ਵੀ ਟਰੈਕਟਰ ਲੈ ਜਾਓ। ਜਦੋਂ ਟਰੈਕਟਰ ਲਿਜਾਣ ਦਾ ਕਿਹਾ, ਟਰੈਕਟਰ ਤਾਂ ਲੈ ਆਇਆ ਇਹਨੇ, ਇਹਨੂੰ ਬਜ਼ੁਰਗਾਂ ਨੂੰ ਚੜਾ ਕੇ ਲੈ ਗਏ ਜੀ। ਬਜ਼ੁਰਗਾਂ ਨੂੰ ਚੜਾ ਕੇ ਲੈ ਗਏ, ਅਸੀਂ ਵੀ ਉੱਥੇ ਸੀਗੇ। ਅਸੀਂ ਮਾਂ ਕਰਵਾ ਗਏ ਸੀਗੇ ਵੀ ਗੱਲ ਤਾਂ ਦੱਸੋ, ਗੱਲ ਕੀ ਹੈ, ਇਹਨਾਂ ਨੂੰ ਕਿਉਂ ਲਿਜਾਂਦੇ ਹੋ? ਜਾਣਸਾਰ ਜੀ ਚਾਹੇ ਇਹਨਾਂ ਨੂੰ ਅੰਦਰ ਵੜ ਕੇ ਚੌਂਕੀ ਦੇ ਗੇਟ ਕਰ ਲਏ ਬੰਦ ਜੀ। ਦੋਵੇਂ ਸਾਡੇ ਕੋਲ ਗੇਟ ਦੀ ਵੀਡੀਓ ਸਪੈਸ਼ਲ, ਅਸੀਂ ਗੇਟ 'ਤੇ ਬੈਠੇ ਹਾਂ ਤਾਂ ਇਹਨਾਂ ਦੀ ਅੰਦਰ ਜਾ ਕੇ ਕਾਫੀ ਕੁੱਟਮਾਰ ਕੀਤੀ। ਅਸੀਂ ਉੱਥੇ ਬਾਹਰ ਖੜ੍ਹੇ ਰਹੇ ਸੀ। ਦੱਸੋ ਕਿ ਤੁਸੀਂ ਜ਼ਮੀਨ ਵੇਚੀ ਹੈ? ਅਸੀਂ ਇਹ ਵੇਚੀ ਹੈ ਤਾਂ ਕੋਰਟ ਦਾ ਮੈਟਰ ਹੈ, ਤੁਸੀਂ ਆ ਕੋਰਟ 'ਚ ਸਾਡੇ 'ਤੇ ਕੋਈ ਕਾਰਵਾਈ ਕਰ ਦਿਓ ਜੀ। ਅਸੀਂ ਵੇਚੀ ਹੋਈ, ਸਾਡੇ ਕੋਈ ਸਾਈਨ ਵੀ ਹੋਣਗੇ, ਕੋਈ ਪ੍ਰੂਫ ਵੀ ਹੋਊਗਾ ਸਾਡੇ 'ਤੇ। ਕਿਸੇ ਨੇ ਦਰਖਾਸਤ ਦਿੱਤੀ, ਦਰਖਾਸਤ ਦੋ। ਅਗੇ ਤੁਸੀਂ ਦਰਖਾਸਤ ਤੋਂ ਕੀ ਲੈਣਾ? ਅਸੀਂ ਇਹ ਪੁੱਛਿਆ, ਸਾਨੂੰ ਕਿਸੇ ਨੇ ਕੁਛ ਨਹੀਂ ਦੱਸਿਆ ਜੀ। ਉਦੋਂ ਬਾਅਦ ਚਲੋ ਘੰਟੇ ਬਾਅਦ ਅਸੀਂ ਬਜ਼ੁਰਗ ਨੂੰ ਜਦੋਂ ਅੰਦਰੋਂ ਗੇਟ ਗੂਟ ਖੜਾ ਕੇ, ਬਾਹਰ ਮੁਲਾਜ਼ਮ ਖੜਾ ਸੀ, ਉਹਨੂੰ ਕਿਹਾ ਵੀ ਸਾਨੂੰ ਬਜ਼ੁਰਗ ਕਿਹੜਾ ਮਿਲਾਤਾ ਦੇ। ਜਦੋਂ ਮਿਲੇ ਤਾਂ ਇਹਨਾਂ ਨੇ ਦੱਸਿਆ ਸਾਨੂੰ, ਕਹਿੰਦਾ ਕਾਫੀ ਡਾਂਗਾ ਮਾਰ ਗਿਆ, ਡਾਂਗ ਕੁੱਟਿਆ। ਇਹਨਾਂ ਦੀ ਘੜੀ ਬਣੀ ਸੀ, ਘੜੀ ਵੀ ਟੁੱਟ ਗਈ ਜੀ। ਨਾ ਜੀ, ਕੋਈ ਪਰਚਾ ਨਹੀਂ ਜੀ, ਅਜੇ ਤੱਕ ਵੀ ਨਹੀਂ ਹੁਣ ਆਪਾਂ ਜਬੜ ਦਾ ਕੋਈ ਪਰਚਾ ਦਰਜ ਨਹੀਂ। ਨਹੀਂ ਜੀ, ਇਹ ਮੰਨ ਲਓ ਪਹਿਲਾਂ ਕਹਿੰਦਾ ਜੇ ਜ਼ਮੀਨ ਇਹਨਾਂ ਨੇ ਵੇਚੀ ਵੇ, ਚਲੋ ਮੈਂ ਤਾਂ ਐਮਸੀ ਹਾਂ ਜੀ, ਇਹਨਾਂ ਨੇ ਵੇਚੀ ਵੀ ਤਾਂ ਕੋਰਟ ਦਾ ਮੈਟਰ ਹੈ ਜੀ। ਨਾ ਜੀ, ਕੋਈ ਮੈਟਰ ਕੋਰਟ 'ਚ ਨਹੀਂ ਚੱਲਦਾ ਜੀ, ਕੋਈ ਚੌਂਕੀ 'ਚ ਨਹੀਂ ਚੱਲਦਾ ਜੀ। ਬਿਨਾਂ ਦਰਖਾਸਤ ਦਿੱਤੇ ਤੁਸੀਂ ਸਾਨੂੰ ਦਰਖਾਸਤ ਦਿਖਾ ਦੇਣਾ, ਕੋਈ ਦਰਜ ਤਾਂ ਕੀਤੀ ਹੋਊਗੀ ਜੀ। ਮੈਂ ਬਜ਼ੁਰਗ, ਮੇਰਾ ਨਾਮ ਅਮਰੀਕ ਸਿੰਘ ਹੈ ਜੀ, ਪਿੰਡ ਕੋਟਸ਼ਮੀਰ ਹੈ ਜੀ। ਮੈਂ ਕਿਰਾਏ ਦਾ ਕੰਮ ਕਰਦਾ, ਮੈਂ ਕਿਰਾਏ 'ਤੇ ਨਰਮਾ ਬੀਜਣ ਗਿਆ ਸੀ ਜੀ। ਨਰਮਾ ਬੀਜ ਕੇ ਟਰੈਕਟਰ ਅਸੀਂ ਬਾਹਰ ਕੱਢ ਲਿਆ, ਮੁਲਾਜ਼ਮ ਆਏ ਜੀ ਦੋ, ਉਹ ਸਾਡੇ ਕੋਲ ਵੀਡੀਓ ਵੀ ਹੈਗੀ ਹੈ। ਮੁਲਾਜ਼ਮ ਕਹਿੰਦੇ ਵੀ ਇਹਨਾਂ ਦੇ ਬਾਂਹ ਦਾ ਕੋਈ ਰੌਲਾ ਹੈ, ਤੁਸੀਂ ਕਿਉਂ ਬੀਜਿਆ, ਟਰੈਕਟਰ ਚੌਂਕੀ 'ਚ ਲੈ ਕੇ ਚੱਲੋ। ਅਸੀਂ ਕੋਈ ਗੱਲ ਨਹੀਂ ਜੀ, ਸਾਨੂੰ ਸਾਫ਼ ਸਫਾਈ ਕਰ ਲੈਣ ਦਿਓ, ਅਸੀਂ ਚੌਂਕੀ 'ਚ ਆ ਜਾਂਦੇ ਹਾਂ। ਸਾਰੇ ਪੰਜ ਸੱਤ ਬੰਦੇ ਹੋਰ ਵੀ ਖੜ੍ਹੇ ਜੀ ਪੰਚਾਇਤ ਦੇ ਉੱਤੇ। ਉਹ ਕਹਿੰਦੇ ਮਾਲਕ ਕੌਣ ਹੈ? ਬਾਬਾ ਕਹਿੰਦੇ ਮਾਲਕ ਮੈਂ ਹਾਂ। ਇਹਨੂੰ ਮੋਟਰਸਾਈਕਲ 'ਤੇ ਚੜ੍ਹਾਇਆ ਜੀ ਉਹਨਾਂ ਨੇ, ਚੌਂਕੀ ਲੈ ਗਏ। ਅਸੀਂ ਸਾਰੇ ਬਣੇ ਤੁਣੇ ਵਜੇ ਮਗਰਵਾ ਗਏ ਚੌਂਕੀ ਜਾ ਕੇ, ਸਿਰੇ ਸਾਨੂੰ ਬੰਦਾ ਮਿਲਾ ਦਿਓ, ਗੱਲ ਤਾਂ ਦੱਸ ਗਈ ਹੈ। ਉਹ ਕਹਿੰਦੇ ਕੋਈ ਗੱਲ ਨਹੀਂ, ਜਿਹੜੇ ਬੰਦੇ ਨਾਲ ਕੋਈ ਰੌਲਾ ਹੈ ਉਹ ਆਉਂਦਾ। ਚਲੋ ਉਹ ਬੰਦੇ ਆ ਗਏ, ਜਦੋਂ 35-40 ਮਿੰਟ ਬਾਅਦ ਕਹਿੰਦੇ ਬਾਬੇ ਨੂੰ ਤੁਸੀਂ ਲੈ ਜਾਓ ਵੀ ਬਾਹਰ ਆਏ। ਬਾਬੇ ਨੇ ਦੱਸਿਆ ਵੀ ਮੇਰੇ 'ਤੇ ਗੁੱਟ 'ਤੇ ਡਾਂਗ ਮਾਰੀ, ਇੱਥੇ ਮਾਰ ਗਿਆ ਢੂਹੀ 'ਤੇ ਜੀ, ਅਤੇ ਇਹਨੇ ਘੜੀ ਵੀ ਉੱਥੇ ਟੁੱਟ ਕੇ ਡਿੱਗ ਪਈ, ਚੌਂਕੀ ਦੇ ਵਿੱਚ ਹੀ ਹੈ, ਪਰਸ ਵਗੈਰਾ ਜੋ ਵੀ ਸਾਰਾ। ਕਹਿੰਦੇ ਵੀ ਕੋਈ ਗੱਲ ਨਹੀਂ, ਕੱਲ੍ਹ ਨੂੰ ਦੇਖਦੇ ਹਾਂ। ਅਤੇ ਜਦੋਂ ਅਸੀਂ ਬਾਬੇ ਨੂੰ ਬਾਅਦ ਪੁੱਛਿਆ, ਇਹ ਕਹਿੰਦੇ ਮੇਰੇ ਗੁੱਟ 'ਚ ਦਰਦ ਹੈ ਜੀ, ਤਾਂ ਕਰਕੇ ਅਸੀਂ ਹੋਸਪਿਟਲ ਆਏ ਜੀ। ਜਿਹੜੇ ਬੰਦੇ ਦਾ ਰੌਲਾ ਸੀ ਉਹ ਬੰਦਾ ਚੌਂਕੀ ਦੇ ਵਿੱਚ ਸੀਗਾ? ਚੌਂਕੀ ਦੇ ਬਾਹਰ ਸੀਗਾ ਜੀ ਉਹ, ਬਾਅਦ 'ਚ ਬੁਲਾਇਆ ਜੀ ਪੁਲਿਸ ਵਾਲਿਆਂ ਨੇ। ਉਹ ਚੌਂਕੀ ਨੂੰ ਅੰਦਰ ਨੇ ਬੁਲਾਇਆ, ਕੋਈ ਕੁਛ ਕੋਈ ਗੱਲਬਾਤ ਨਹੀਂ ਹੋਈ, ਬਾਬੇ ਸਾਹਮਣੇ ਵੀ ਨਹੀਂ ਕੀਤਾ, ਬਸ ਉਹਨੂੰ ਬਾਹਰ ਦੀ ਬਾਰੀ ਮੋੜਤਾ ਜੀ। ਹਾਂਜੀ ਬਾਬੇ, ਕੀ ਨਾਮ ਆ ਤੁਹਾਡਾ, ਕਿਹੜਾ ਪਿੰਡ ਹੈ? ਕਿਹੜਾ ਪਿੰਡ ਹੈ ਜੀ? ਕੋਟਸ਼ਮੀਰ। ਕੀ ਮਾਮਲਾ, ਕੀ ਹੋਇਆ? ਮਾਮਲਾ ਜੀ ਬਾਹਾਂ ਪਿੱਛੇ ਹੋਇਆ। ਕਿਸ ਤਰ੍ਹਾਂ, ਕੀ ਹੋਇਆ? ਉਗਲਮ ਬਾਹਾਂ ਜਬਰਦਸਤੀ ਨੱਪਣਾ, ਠੀਕ ਆ।
ਅਸੀਂ ਆਪਣੇ ਮਾਲਕਾਂ ਅਸੀਂ ਮਹਾਂ ਧਰ ਕੇ ਵਾਹ ਕੇ ਅਸੀਂ ਬੀਜਤਾ ਪੀ ਦੇ ਪੈਰ ਮੁੜ ਕੇ ਦੋ ਮੁਲਾਜ਼ਮ ਆਏ ਮੈਨੂੰ ਲੈ ਗਏ ਚੌਂਕੀ 'ਚ ਚੌਂਕੀ 'ਚ ਜਾ ਕੇ ਮੈਂ ਜੀ ਮਾਲ ਕੁੱਟ ਕਰੀ ਉਹਨਾਂ 'ਚ मैं किरणजीत सिंह गहरी चेयरमैन दलित महापंचायत पंजाब अज कोटशमीर पिंड दे विच जो निंदण योग घटना हुई है तो उस निंदण योग घटना की मैं पहला सख्त शब्द निंदा करदा और दूजा पंजाब सरकार दे मुखी भगवंत मान जी नूं मैं कहना चाहुंदा कि दलितां दे उपर जिहड़े जुल्म है वह दिनों दिन वधदे जा रहे हैं जिवें कोटशमीर दे विच घटना वापरी है कि प्रीतम सिंह जो एक दलित समाज नाल संबंधित बजुर्ग है रात नूं पुलिस उहनूं फड़ के लिआउंदी है किसी की झूठी दरखास्त लिया के चौंकी का गेट बंद कोटशमीर चौंकी का गेट बंद करके उस बजुर्ग को कुटिया जाता है जिहड़ा जिरे इलाज सरकारी अस्पताल बठिंडा दे विच दाखल है। मसला यह है कि वह धक्के इस गरीब की जमीन की रजिस्ट्री कोई जादविंदर नाम का व्यक्ति है वह अपने नाम करवाना चाहता है जदों कि कानूनी मसला बनता है पुलिस का कोई दखल बनता नहीं तो मुख्यमंत्री भगवंत सिंह मान जी थोड़ी जी पुलिस हैगी है वो मैं समझदा कि कंट्रोल तो बाहर हुई है और थोड़े बिल्कुल कंट्रोल च नहीं हैगी आप मारी हुई पई है बठिंडा पुलिस कह लीए या पंजाब की समुची पुलिस कह लीए क्योंकि पुलिस वालों गरीब लोगों जिहड़ा जाति धक्केशाही किसी ना किसी लालच वच की जाती है। एक पासे सरकार कहती है कि असी करप्शन जिहड़ा बिल्कुल खत्म कर दिता है बड़े बड़े बोर्ड लाए है तो मैनू नहीं लगता कि बिना करप्शन तो एक गरीब व्यक्ति बिना कारण लिया के कुटमार करनी तो रात को लोगों के इकट्ठे होने तो बाद छड़ देना तो जो आज जिरे राज हस्पताल के जिदा एक गुट भी टुट गया है बजुर्ग का तो काफ़ी सत्ता बजी है एम एल आर कट्टी गई है तो मैं पंजाब सरकार तो एस एस पी बठिंडा यह कहूँगा कि जिन्हें पुलिस मुलाजमान ने उस बजुर्ग की कुटमार की है उन्होंने खिलाफ प्लस जादविंदर जिहड़े व्यक्ति ने झूठी दरखास्त दिती है धक्के नाल इहदी जमीन कब्जाना चाहता है उन्होंने खिलाफ जिहड़ी कार्रवाई होनी चाहिए है तो एस सी एस टी एक्ट के तहत भी मामला दर्ज किया जाना बनता है। लगातार जिहड़ियां एस सी भाईचारे दे जां लोकां नूं जां दलितां नूं कह दिए कुटमार दीआं वीडियो सामने आ गईआं तो विच जाति सूचक शब्द भी वरते जा रहे किवें देखो यह जिहड़ा मसला बड़ा गंभीर है कि पंजाब सरकार ने जदों दा पंजाब दे एस सी कमिशन दीआं शक्तियां नूं घटाउणा शुरू किया है एस सी डेढ़ साल हो गया एस सी कमिशन का चेयरमैन पंजाब का हाले तक नहीं लाया और जोड़े मैंबर है वो दसा की गिणती घटा के वो पांच कर दी है तो यह सीधे तौर पर है कि पंजाब सरकार जोड़िया एस सी भाईचारे के उपर जो जुल्म हो रहा है उन्होंने जुल्म करने वाले उत्साहित कर रही है तो एस सी लोगों पंजाब की 40% दलित भाईचारे की आबादी पंजाब सरकार दबा के रखना चाहती है। पुलिस वालों जी अपना कुटमार की पुलिस के कोई अधिकार नहीं है सिर्फ मैं पहला ही गल कही है कि बिना करप्शन तो पुलिस ने नजायज़ तौर पर इस व्यक्ति को गिरफ्तार ही नहीं किया जो कोई दरखास्त भी कोई नहीं सी जो लोगों का दबाव पिया तो रात को 12 बजे सद के जादविंदर तो कोई दरखास्त झूठी ली है जबकि वो दरखास्त भी मनती नहीं और जादविंदर जिहड़ा हैगा वो अपने कहिंदे कि पुलिस के मेरे रिश्तेदार है मैं बहुत पैसे वाला व्यक्ति हाँ तो इन्हों धक्के कटा के जी जमीन की रजिस्ट्री करवा सकता जी किसी भी कीमत पर इस तरह की धक्केशाही बर्दाश्त नहीं की जाएगी।